रहमन संसार में सबसे मिलिए थाए, रहमन संसार में सबसे मिलिए थाए, ना जाने किस भेष में नारायण मिल जाए, ना जाने किस भेष में तोहे नारायण मिल जाए, ना जाने किस भेष में तोहे नारायण मिल जाए। सतगुरु नानक जिन कल राखी मेरी, जिन कल राखी मेरी, जिन कल राखी मेरी, जिन कल राखी मेरी। कुछ नी मेरे पल्ले, जे वेखा तेरी रहमत बल्ले, ओ बल्ले बल्ले बल्ले, जे वेखा तेरी रहमत बल्ले, बल्ले बल्ले बल्ले, जे वेखा तेरी रहमत बल्ले, बल्ले बल्ले बल्ले, जे वेखा तेरी रहमत बल्ले, बल्ले बल्ले बल्ले, बल्ले बल्ले बल्ले, बल्ले बल्ले बल्ले, बल्ले 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 बल्ले। बाबा मुराद शाह जी के चरणों च बराजिया हुई सारिया संगतां जिथों जिथों भी तशरीफ लैके आए हो उन्हें कदमां नूं कोटि कोटि प्रणाम सलाम। तुहाडे मनन वाले पीरां नूं गुरुआं नूं जिस जिस नूं भी तुसीं मनदे हो उन्हां गुरुजनां नूं सतगुरुजनां नूं परम सतगुरुजनां नूं आदि गुरुजनां नूं कोटि कोटि प्रणाम। मेरे बाबा मुराद शाह जी दी नगरी इस दे विच ये पीरां दी धरती है जो नकोदर तेरे जिहा ना को दर। हर जगह की अपनी अपनी महानता है। ये दुनिया का भला करन वास्ते आउंदे ने उही फैज लैंदा जिहदे दिल विच नीयत सच्ची होवे। सच्चे नूं मुराद है झूठा जिथे मर्जी तुरिया फिरे जिहड़े मर्जी फकीर कोले चढ़ा जावे जिहड़े मर्जी कोले उह तां आउंदिआं सर पहलां पढ़दे ही होई किताब है कि तेरे अंदर की है उतों ही पढ़ के दें सारा कुछ। कई आद्या दे दिता है कई वीरवार ही लंघी जाते हैं। शरदा जी गल कहते चार वीरवार मन जाता पहले तो ही मन जाता जी आह सच्चा हो गया। गिणती मिणजती तो पे ही नहीं हिसाब किताब तो रखे ही नहीं। बाबा जी ये गलती ना करना कदे मेरी घरवाली ने की सी गलती दो किते दो वीरवार आई है तीजे वीरवार आने नहीं दिता ऐसा माइग्रेन का अटैक होया फ्लाइट विच रह गई मेरे नाल आप एक्सपीरियंस होया। मैं तो वह दस रहा बाबा जो मैं पहली बार आया सी बड़े चैक करवा ले डॉक्टर सारे तसलियां करवा दी उन्होंने कहते यार कोई बीमारी है नहीं कोई टैस्ट दे विच आ नहीं रही कहते यार तुसीं ऐ करो दविंदर खन्ने वाले दे उत्थे कोई पंडित जी जानकार ने उन्हां दे जाओ उन्हां कोले चले गए जी। उन्होंने दस्सिया भी सारा हिसाब किताब ला के कहिंदे राहू केतु दा चक्कर है
ਤੇ ਤੁਹਾਨੂੰ ਆਹ ਹਾਹਾ ਕਰਨਾ ਪੈਣਾ। 7 ਵਜੇ ਉੱਥੋਂ ਗੱਡੀ ਪਟਿਆਲੇ ਵੱਲ ਨੂੰ ਮੋੜਨ ਲੱਗੇ। ਮੈਂ ਮਨਜੀਤ ਨੂੰ ਕਿਹਾ ਆਪਾਂ ਉੱਥੇ ਚੱਲੀਏ ਜਿੱਥੇ 5 ਸਾਲ ਪਹਿਲਾਂ ਗਏ ਸੀ। ਜਿਹਨੂੰ ਬੰਦੇ ਨੂੰ ਤਕਲੀਫ ਹੋ, ਕਹਿੰਦੇ ਲੈ ਚੱਲ ਜਿੱਥੇ ਲਿਜਾਣਾ। ਇੰਨੀ ਤਕਲੀਫ ਸੀ ਉਹਨਾਂ ਨੂੰ, ਅੱਖਾਂ ਦੇ ਵਿੱਚ ਬਹੁਤ ਪ੍ਰੋਬਲਮ ਸੀ। ਗੱਡੀ ਇੱਧਰ ਨੂੰ ਮੋੜ ਲਈ। ਹੁਣ ਮੇਰੇ ਦਿਲ ਵਿੱਚ ਚੱਲ ਰਿਹਾ ਕਿ ਮੈਂ ਬਾਬਿਆਂ ਨੂੰ ਕੀ ਦੇਊਂਗਾ ਯਾਰ। ਮੈਂ ਤਾਂ ਕੁਛ ਲੈ ਕੇ ਨਹੀਂ ਚੱਲਿਆ ਸੀ, ਕੋਈ ਪ੍ਰਸਾਦ ਵੀ ਨਹੀਂ ਲੈ ਕੇ ਚੱਲੇ, ਕੋਈ ਮਿਥ ਕੇ ਨਹੀਂ ਚੱਲੇ, ਕੋਈ ਪਲੈਨਿੰਗ ਨਾਲ ਨਹੀਂ ਚੱਲੇ। ਕੀ ਦੇਵਾਂਗੇ, ਕੀ ਉਹਨਾਂ ਨੂੰ ਅਰਪਿਤ ਕਰਾਂਗੇ? ਦੁਨੀਆਂ ਦੇ ਸਾਰੇ ਖਜ਼ਾਨਿਆਂ ਦੇ ਮਾਲਕ ਨੇ, ਉਹਨਾਂ ਨੂੰ ਕੀ ਅਰਪਿਤ ਕਰਾਂਗੇ ਜਾ ਕੇ? ਪਰ ਰਸਤੇ ਦੇ ਵਿੱਚ ਫਿਰ ਮੈਂ ਸੋਚਿਆ ਮੇਰੇ ਘੜੀ ਬੰਨੀ ਆ, ਚੱਲੇ ਹੀ ਦੇ ਦੂੰਗਾ। ਰੇਮੰਡ ਵੈਲ ਦੀ ਘੜੀ ਹੁੰਦੀ ਸੀ, ਉਹਦੇ 'ਚ ਛੋਟੇ ਜਿਹੀ ਛੋਟੀਆਂ ਕਣੀਆਂ ਜਿਹੀਆਂ ਲੱਗੀਆਂ ਸੀ ਹੀਰੇ ਦੀਆਂ। ਉੱਥੋਂ ਮੈਂ ਰਸਤੇ ਵਿੱਚ ਚੱਲਦਾ ਸੋਚ ਰਿਹਾ, ਇੱਥੇ ਗੱਲ ਚੱਲ ਰਹੀ ਹੈ, ਸ਼ਰਧਾ ਜੀ ਵੀ ਬੈਠੇ ਹੈ, ਮਲਕੀਤ ਬੈਠਾ ਹੈ, ਹੋਰ ਸੱਜਣ ਬੇਲੀ ਬੈਠੇ ਨੇ। ਅਤੇ ਮਲਕੀਤ ਹੋਰਾਂ ਨੂੰ, ਸ਼ਰਧਾ ਜੀ ਹੋਰਾਂ ਨੂੰ ਕਹਿੰਦੇ ਤੁਸੀਂ ਹੀਰਿਆਂ ਵਾਲੀ ਘੜੀ ਦੇਖੀਏ? ਕਹਿੰਦੇ ਬਾਬਾ ਜੀ ਤੁਹਾਡੀ ਲੀਲਾ, ਤੁਸੀਂ ਜਦੋਂ ਮਰਜ਼ੀ ਕੁਛ ਵੀ ਦਿਖਾ ਸਕਦੇ ਹੋ। ਉੱਧਰ ਮੈਂ ਚੱਲਿਆ ਆ ਰਿਹਾ। ਖੈਰ ਇੱਥੇ ਕਰਦੇ ਕਰਦੇ ਥੋੜ੍ਹੀ ਦੇਰ ਪਹਿਲਾਂ, 5-7 ਮਿੰਟ ਪਹਿਲਾਂ, ਮੰਡਾਲੀ ਵਾਲੇ ਬਾਬਾ ਜੀ ਸਰਕਾਰ ਨੂੰ ਸੱਦਾ ਦੇ ਕੇ ਗਏ ਸੀ, ਨਿਮੰਤਰਣ ਦੇ ਕੇ ਗਏ ਸੀ ਕਿ ਸਾਡੇ ਮੇਲੇ 'ਤੇ ਆਉਣਾ। ਬਾਬਾ ਜੀ ਸਾਡੇ ਮੇਲੇ 'ਤੇ ਸਾਰੇ ਆ ਗਏ, ਗੁਰਦਾਸ ਨਹੀਂ ਆਇਆ। ਕਹਿੰਦੇ ਕੋਈ ਨਹੀਂ, ਗੁਰਦਾਸ ਵੀ ਆਉਣ ਵਾਲਾ ਹੀ ਹੈ, ਇਹਨਾਂ ਨੂੰ ਕੀ ਪਤਾ ਸੀ ਕੌਣ ਆ ਰਿਹਾ। ਪਰ ਉਹ ਜਾਣਦਾ ਸੀ ਸਾਰਾ, ਉਹ ਗਏ। ਮੈਂ ਪਹੁੰਚਿਆ ਸਾਈਂ ਜੀ ਦੀ ਪਿੱਠ ਸੀ ਦਰਬਾਰ ਵੱਲ, ਮਤਲਬ ਇਧਰਲੇ ਪਾਸੇ ਜਿੱਥੋਂ ਦੀ ਪ੍ਰਵੇਸ਼ ਕਰਦੇ ਹਾਂ। ਸਾਈਂ ਜੀ ਦਾ ਮੂੰਹ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵੱਲ ਸੀ। ਕਹਿੰਦੇ ਬਾਬਾ ਜੀ ਗੁਰਦਾਸ ਆ ਗਿਆ। ਕਹਿੰਦੇ ਅੱਛਾ ਜੀ ਆ ਗਿਆ। ਮੈਂ ਮੱਥਾ ਟੇਕਣ ਲੱਗਿਆ, ਕਹਿੰਦੇ ਪਹਿਲਾਂ ਉੱਧਰ ਟੇਕੋ। ਬਾਬਾ ਮੁਰਾਦ ਸ਼ਾਹ ਜੀ ਦੇ ਮੱਥਾ ਟੇਕਿਆ। ਬਾਬਾ ਮੁਰਾਦ ਸ਼ਾਹ ਜੀ ਦੇ ਟੇਕ ਕੇ ਮੱਥਾ ਸੀ ਬੈਠ ਗਏ। ਗੱਲਾਂ ਚੱਲਦੀਆਂ ਰਹੀਆਂ, ਕਹਿੰਦੇ ਬਾਬਾ ਜੀ ਗੁਰਦਾਸ ਆਪਣੇ ਇੱਕੋ ਵਾਰੀ ਆਇਆ ਸੀ, ਉਸ ਤੋਂ ਬਾਅਦ ਆਇਆ ਨਹੀਂ। ਕਹਿੰਦਾ ਇਹ ਕਿੱਥੋਂ ਆਊ ਵਿਚਾਰਾ, ਇਹਦੇ ਧਰਾ ਹੋ ਕੇਤੂ ਦੇ ਚੱਕਰ ਚੱਲ ਰਹੇ ਹਾਂ। ਜਿਉਂ ਰੋਣਾ ਸ਼ੁਰੂ ਹੋਇਆ ਮੇਰਾ ਅੰਦਰ ਦਾ ਜਿਹੜੀ ਗੰਗਾ ਸੀ ਉਹ ਫਿਰ ਮੇਰੇ ਮਨ ਨੂੰ ਸੁੱਚਾ ਕਰਨ ਲੱਗ ਪਈ, ਕਿਉਂਕਿ ਮਾਲਕ ਦੇ ਚਰਨਾਂ 'ਚ ਤਾਂ ਫਿਰ ਸਭ ਕੁਝ ਸੁੱਚਾ ਹੋ ਜਾਂਦਾ ਜਿਹੜਾ ਉਹਦੇ ਚਰਨ ਹੀ ਆ ਗਿਆ। ਉਸ ਵੇਲੇ ਫਿਰ ਮੈਂ ਉੱਠ ਕੇ ਜਾਣ ਲੱਗਿਆ, ਜਦੋਂ ਉਹਨਾਂ ਨੇ ਕਿਹਾ ਯਾਰ ਗੀਜੇ 'ਚੋਂ ਆਪਣੇ ਕੱਢ ਕੇ ਉਹਨਾਂ ਨੇ ਪੈਸੇ ਦਿੱਤੇ ਮੁੱਠ ਭਰ ਕੇ। ਕਹਿੰਦੇ ਯਾਰ ਮੰਡਾਲੀ ਸ਼ਰੀਫ ਗਾਜਿੰਗ, ਇਹ ਹੈ ਸੰਤਾਂ ਦੀ ਨਿਮਰਤਾ। ਬਾਬਾ ਗਾਲਾਂ ਕੱਢਣ 'ਤੇ ਆਉਣ 'ਤੇ ਟੰਗ ਵੀ ਦਿੰਦੇ ਹੈ ਅਤੇ ਗਾਲਾਂ 'ਚ ਰੰਗ ਵੀ ਦਿੰਦੇ ਹੈ, ਦੋਨੇ ਪਾਸੇ ਹੈ ਫਕੀਰ ਦੇ। ਫਕਰ ਮੰਗੇ ਤੋਂ ਕੁਛ ਨਹੀਂ ਦਿੰਦਾ, ਬਿਨਾਂ ਮੰਗੇ ਮੋਤੀ ਦੇ ਦਿੰਦਾ, ਸਭ ਕੁਛ ਦੇ ਦਿੰਦਾ। ਫਕੀਰਾਂ ਦੀ ਫਕਰਾਂ ਦੀ ਕਿਤਾਬ ਵੱਖਰੀ ਆ। ਮੈਂ ਉੱਠ ਕੇ ਜਾਣ ਲੱਗਿਆ, ਉਹ ਕਹਿੰਦੇ ਘੜੀ ਮੈਂ ਘੜੀ ਖੋਲ, ਕਹਿੰਦੇ ਕੋਈ ਨਹੀਂ ਆਪਦੇ ਬੰਨੀ ਰੱਖ। ਮੈਂ ਕਿਹਾ ਨਹੀਂ ਬਾਬਾ ਜੀ। ਕਹਿੰਦਾ ਕੋਈ ਨਹੀਂ, ਹੱਥ 'ਤੇ ਬੰਨੀ, ਦਿਲ 'ਤੇ ਬੰਨੀ, ਦਿਲ 'ਤੇ ਬਣੀ, ਹੱਥ 'ਤੇ ਬੰਨੀ, ਕਹਿੰਦੇ ਇੱਕੋ ਹੀ ਗੱਲ ਹੈ। ਦਿਲ 'ਤੇ ਤਾਂ ਬਣੀ ਵੀ ਸੀ, ਉਦੋਂ ਬੰਨੀ ਵੀ ਸੀ, ਹੱਥ ਬਹੁਤ ਮਿੰਨਤਾਂ ਕੀਤੀਆਂ, ਕਹਿੰਦੇ ਲੈ ਫਿਰ ਬੰਨ ਲੈਂਦੇ ਹਾਂ। ਉਸ ਦਿਨ ਦੀ ਬੰਨੀ, ਹੁਣ ਭਗਤ ਕੀ ਬੰਨੀ ਕੌਣ ਛੁਡਾ ਸਕਦਾ। ਸਦਕੇ ਜਾਈਏ, ਸਦਕੇ ਜਾਈਏ। ਜੇ ਕਿਸੇ ਬਾਰੇ, ਕਿਸੇ ਬੰਦੇ ਬਾਰੇ ਤਾਂ ਚਲੋ ਗੱਲ ਛੱਡੋ, ਦੂਰ ਦੀ ਗੱਲ ਹੈ, ਕਿਸੇ ਸੰਤ ਬਾਰੇ ਜੇ ਚੰਗਾ ਨਹੀਂ ਕਹਿ ਸਕਦੇ ਤਾਂ ਬੁਰਾ ਵੀ ਜ਼ਬਾਨ ਤੋਂ ਨਾ ਕੱਢਿਓ। ਬਾਬਾ ਸਭ ਕੁਛ ਉਹ ਸੁਣ ਰਿਹਾ ਹੁੰਦਾ, ਉਹ ਸੁਣੇ ਨਾ ਸੁਣੇ ਪਰ ਉਹਦਾ ਯਾਰ ਜ਼ਰੂਰ ਸੁਣ ਰਿਹਾ। ਸਾਰਿਆਂ ਦੇ ਆਪਣੇ ਆਪਣੇ ਯਾਰ ਆ। ਤੁਸੀਂ ਕਹਿੰਦੇ ਹੋ ਮੇਰਾ ਯਾਰ ਦੇ ਬਾਰੇ ਬੁਰਾ ਨਾ ਬੋਲੀ, ਮੇਰੀ ਭਾਵੇਂ ਜਾਨ ਕੱਢ ਲੈ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਉਹ ਕਿਵੇਂ ਬਰਦਾਸ਼ਤ ਕਰੂੰ? ਤਾਂ ਹੀ ਤਾਂ ਇਸ਼ਕ ਦੇ ਕਿਤੇ ਵਿੱਚ ਪਿਆ। ਇੱਕ ਦਿਨ ਇੱਕ ਫਕੀਰ ਸਾਈਂ